ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕਮ ਕੀ ਹਾਲ ਪੈਨੋ ਤੇ ਪਰਾਉ ਠੀਕ ਹੋ ਰਾਜੀ ਬਾਜੀ ਹੋ ਤੇ ਅੱਜ ਅਸੀਂ ਨਾ ਗੁੜ ਵਾਲੀ ਖਿਚੜੀ ਬਣਾਉਣ ਲੱਗੇ ਹਾਂ ਚਨੇ ਦੀ ਦਾਲ ਪਾ ਕੇ ਤੇ ਬੜੀ ਹੀ ਮਜ਼ੇਦਾਰ ਬਣਦੀ ਤੁਸੀਂ ਵੀ ਬਣਾਓ ਤੇ ਇਹ ਵਿੱਚ ਚੀਜ਼ਾਂ ਪਾਣੀਆਂ ਮੈਂ ਮੂੰਗਫਲੀ ਦੇ ਦਾਣੇ ਕੱਢੇ ਹੋਏ ਨੇ ਤੇ ਇਹ ਸੌਂਫ ਆ ਜਿਹੜੀ ਬੜੀ ਪਿਆਰੀ ਖੁਸ਼ਬੂ ਆਉਂਦੀ ਹੈ ਤੇ ਇਹ ਅੱਲਾ ਪਲਾ ਕਰੇ ਲੌਂਗ ਤੇ ਛੋਟੀਆਂ ਲੈਚੀਆਂ ਤੇ ਨਾਰੀਅਲ ਬਰੀਕ ਬਰੀਕ ਕੱਟਿਆ ਹੋਇਆ ਦਾਲ ਨੂੰ ਮੈਂ ਨਾ ਨਮਕ ਪਾ ਕੇ ਤੇ ਉਬਾਲਾ ਦਵਾ ਲਿਆ ਇੱਕ ਕੱਪ ਦਾਲ ਦਾ ਸੀ 1 ਕਿਲੋ ਚਾਵਲ ਤੇ 1 ਕਿਲੋ ਗੁੜ ਸੀ ਠੀਕ ਹੋ ਗਿਆ ਤੇ ਤਾਂ ਵਾਸਤੇ ਮੈਂ ਦਾਲ ਵਿੱਚ ਪਾਈ ਕੇ ਉਹਨਾਂ ਦਾ ਨਾ ਮਿੱਠਾ ਠੀਕ ਰਹੇਗਾ ਵਿੱਚ ਪਾਵਾਂਗੀ ਤੇ ਗੁੜ ਨੂੰ ਨਾ ਮੈਂ ਪਾਣੀ ਚ ਪਾ ਕੇ ਨਾ ਤੇ ਹਲਕੀ ਆਚ ਤੇ ਚਾਸ਼ਨੀ ਬਣਨ ਵਾਸਤੇ ਰੱਖ ਦਿੱਤਾ ਕਿ ਇਹਦੀ ਚਾਸ਼ਨੀ ਬਣ ਜਾਏ ਤੇ ਇਹ ਤੇ ਬੜੇ ਹੀ ਸਵਾਦੀ ਚੋਲ ਬਣਦੇ ਆ ਇਹ ਲੋ ਜੀ ਓਇਲ ਦੇ ਵਿੱਚ ਨਾ ਮੈਂ ਹੁਣ ਲੌਂਗ ਤੇ ਇਲਾਚੀਆਂ ਪਾਤੀਆਂ ਗਰਮ ਹੋ ਗਿਆ ਹੁਣ ਇਹਦੇ ਵਿੱਚ ਨਾ ਆ ਹਿਸਤਾ-ਆ ਹਾਂ ਚ ਕਰਕੇ ਨਾ ਹੋਲੀ ਹੋਲੀ ਨਾ ਤੁਸੀਂ ਅਸ਼ਰਨ ਕਰਕੇ ਆਵਾਜ਼ ਆਈ ਹੈ ਤੇ ਇਹ ਨਾ ਤੁਸੀਂ ਅੱਲਾ ਪਲਾ ਕਰੇ ਛੰਨੀ ਦੇ ਵਿੱਚ ਛਾਣ ਕੇ ਨਾ ਆ ਰਾਮ ਆ ਹਿਸਤਾ-ਆ ਕਰਕੇ ਚ ਪਾ ਲੋ ਤੇ ਕਚਰਾ ਵਚਰਾ ਗੇ نیچے ਹੋਏਗਾ ਵੀ ਤੇ ਉਹ نیچے ਰਹਿ ਜਾਏਗਾ ਤੇ ਇਹ ਮੈਂ ਨਾ ਸਾਰੀ ਚਾਸ਼ਨੀ ਬਣ ਗਈ। ਚਾਵਲ ਮੈਂ ਭਿਓਂਏ ਸੀ ਵਾਹਵਾ ਵੇਲੇ ਦੇ ਤੇ ਇਹ ਲਓ ਜੀ ਮੈਂ ਹੁਣ ਇਹਦੇ ਵਿੱਚ ਪਾ ਦਿੱਤੇ ਚਾਵਲ ਆਪਣੇ ਤੇ ਸਾਰੇ ਚੰਗੀ ਤਰ੍ਹਾਂ ਡੋਂਗਾ ਸਾਫ ਕਰਕੇ ਤੇ ਚਾਵਲ ਇਹਦੇ ਵਿੱਚ ਮੈਂ ਪਾ ਦਾਂਗੀ ਤੇ ਹਲਕਾ ਜਿਹਾ ਇਹਨੂੰ ਨਾ ਹਿਲਾ ਲਾਂਗੀ ਇਸ ਤਰ੍ਹਾਂ ਕਰਕੇ ਤੇ ਚਨੇ ਦੀ ਦਾਲ ਵੀ ਉਬਾਲੀ ਹੋਈ ਸੀ ਮੈਂ ਤੇ ਉਹਨੂੰ ਵੀ ਮੈਂ ਪੁਣ ਲਿਆ ਸੀ ਤੇ ਇਹ ਲਓ ਜੀ ਹੁਣ ਇਹਦੇ ਵਿੱਚ ਪਾ ਦਿੱਤੀ ਚੰਗੀ ਤਰ੍ਹਾਂ ਝਾੜ ਝੂੜ ਕੇ। ਤੇ ਇਹਨੂੰ ਹੋਲੀ ਹੋਲੀ ਹਲਾ ਕੇ ਤੇ ਇਹਨੂੰ ਨਾ ਮੈਂ ਦਮ ਦੇ ਦਾਂਗੀ ਤੇ ਇਹ ਜਿਹੜੀ ਥੋੜੀ ਜਿਹੀ ਦਾਲ ਹੋਰ ਮੈਂ ਰੱਖੀ ਸੀ ਉਬਾਲ ਕੇ ਕਿ ਚੱਲ ਮੈਂ ਕਬਾਬ ਬਣਾਵਾਂਗੀ ਚੱਲ ਮੈਂ ਕਿ ਦਾਲ ਜ਼ਰਾ ਮਜ਼ੇਦਾਰ ਲੱਗਦੀ ਥੋੜੀ ਜਿਹੀ ਹੋਰ ਪਾ ਲੈਂਦੀ ਆ ਹੋਵੇ ਮੈਂ ਥੋੜੀ ਜਿਹੀ ਹੋਰ ਪਾ ਲਈ ਅੱਲਾ ਦਾ ਸ਼ੁਕਰ ਹੈ ਮਿੱਠਾ ਛਿੱਟਾ ਸਹੀ ਆ ਗਿਆ ਤੇ ਬੜੇ ਹੀ ਸੁਆਦੀ ਚੋਲ ਬਣਦੇ ਆ ਤੇ ਜੇ ਪੈ ਗਏ ਹਲਕੀ ਆਂਚ ਕਰਕੇ ਤੇ ਫਿਰ ਮੈਂ ਇਹਦੇ ਵਿੱਚ ਨਾ ਸੋ ਪਹਿਲ ਪਾਈ ਸਾਰੀ ਧੂੜੀ ਉੱਤੇ ਕੇ ਲੈ ਵਈ ਆਏ ਹਾਏ ਕਿੰਨੀ ਸੋਹਣੀ ਖੁਸ਼ਬੂ ਆਂਦੀ ਪਈਆ ਅੱਲਾਹ ਬਾਗ ਤੇਰੀ ਨੀਮ ਚਾਂ ਦਾ ਬੇ ਹਿਸਾਬ ਸ਼ੁਕਰ ਅੱਲਾਹ ਸੋਹਣਿਆ ਜੋ ਸਭ ਨੂੰ ਦੇ ਰਜ਼ਕ ਜ਼ਿੰਦਗੀ ਸਿਹਤ ਤੇ ਤੰਦਰੁਸਤੀ ਦੇ ਲਾ ਮੇਰੇ ਦੇਖਣ ਵਾਲੇ ਪਹਿਨਾ ਪਰਾਵਾ ਨੇ ਵੀ ਜ਼ਿੰਦਗੀ ਦੇ ਤੇ ਸਿਹਤ ਦੇ ਉਹਨਾਂ ਦੀਆਂ ਸਾਰੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਖਤਮ ਕਰ ਦੇ ਤੇ ਐ ਲੋ ਜੀ ਮੈਂ ਹੁਣ ਜਿੱਥੇ ਮੇਰੇ ਦੇਸ਼ ਪ੍ਰਦੇਸ਼ ਦੇਖਦੇ ਪੈਣਾ ਭਰਾ ਚੱਲ ਜੀ ਐ ਲੋ ਜੀ ਗਦੀ ਤੋਂ ਬਾਅਦ ਮੈਂ ਉੱਤੇ ਪਾਤੀਆਂ ਗਰੀਆਂ ਛੋਟੀਆਂ ਮੂੰਗਫਲੀ ਦੀਆਂ ਆਹ ਲੋ ਜੀ ਸਜਾ ਦਿੱਤੀਆਂ ਫੁੱਲ ਬੂਟੇ ਪਾ ਗਏ ਨਾ ਉੱਤੇ ਨਕਸ਼ਾ ਬਣ ਗਿਆ ਚਲੋ ਜੀ ਮੂੰਗਫਲੀ ਮੈਂ ਜਰਾ ਬਾਬਾ ساری ਪਾਈ ਸੀ ਮੈਂ ਕਿ ਜਰਾ ਸੋਹਣੀ ਲੱਗਦੀ ਦੰਦਾ ਦੇ ਵਿੱਚ ਆਵੇ ਚਬਾ ਚਬਾ ਕੇ ਖਾਓ ਤੇ ਬੜੀ ਸੁਆਦੀ ਲੱਗਦੀ ਆ ਤੇ ਹੁਣ ਅਸੀਂ ਦਮ ਦੇ ਦਾਂਗੇ ਇਹਨੂੰ ਐ ਲੋ ਜੀ ਦਮ ਵੀ ਦੇ ਦਿੱਤਾ ਚਲੋ ਜੀ ਫਟਾਫਟ ਪੱਕ ਗਏ ਮੇਰੀ ਦਾਦੀ ਪਕਾਉਂਦੀ ਹੁੰਦੀ ਸੀ ਇਹ ਖਿਚੜੀ ਤੇ ਕਹਿੰਨਾ ਅਸੀਂ ਇੰਡੀਆ ਦੇ ਵਿੱਚ ਧੀਏ ਪਕਾਈਦੀ ਸੀ ਤੇ ਆਂਡ ਗਵਾਂਡ ਦੀਆਂ ਮੇਰੀਆਂ ਸਹੇਲੀਆਂ ਪ੍ਰਾਤ ਵਿੱਚ ਪਾ ਕੇ ਤੇ ਇਕੱਠੀਆਂ ਖਾਣੀ ਬਹਿ ਕੇ ਇੱਕੋ ਹੀ ਪ੍ਰਾਤ ਦੇ ਵਿੱਚ ਤੇ ਪਤਾ ਨਹੀਂ ਕਿਹੜੀ ਜੀਤ ਕੋਈ ਸਹੇਲੀ ਹੁੰਦੀ ਸੀ ਐਦਾਂ ਇੰਡੀਆ ਦੇ ਵਿੱਚ ਆਂਡ ਗਵਾਂਡ ਸਹੇਲੀਆਂ ਹੁੰਦੀਆਂ ਸੀ ਨਾ ਤੁਹਾਨੂੰ ਪਤਾ ਉਹ ਤੇ ਫੇ ਸਾਰੇ ਇਕੱਠੇ ਰਹਿੰਦੇ ਸੀ ਆਪਾਂ ਪੈਣਾ ਪ੍ਰਾ ਸਾਰੇ ਰਾਜੀ ਬਾਜੀ ਖੁਸ਼ ਰਹਿੰਦੇ ਸੀਗੇ ਐਨਾ ਫਿਰ ਮੈਂ ਵੀ ਇੰਜ ਹੀ ਕੀਤਾ ਅੱਜ ਮੈਂ ਕਿਹਾ ਅੱਜ ਆਪਣੀ ਦਾਦੀ ਦੀ ਯਾਦ ਦੇ ਵਿੱਚ ਮੈਂ ਖਿਚੜੀ ਪਕਾ ਕੇ ਤੇ ਪ੍ਰਾਹਾਰ ਦੇ ਵਿੱਚ ਪਾਵਾਂ ਕਰੋੜੀ ਤੇ ਬੜੀ ਸੁਆਦੀ ਲੱਗਦੀ ਆ ਐ ਮੈਂ ਨਾ ਪ੍ਰਾਹਾਰ ਦੇ ਵਿੱਚ ਚਾਵਲ ਪਾ ਲੇ ਠੀਕ ਹੋ ਗਿਆ ਖਿਚੜੀ ਪਾ ਲਈ ਯਾਨੀ ਕਿ ਇਹ ਮੈਂ ਨਾ ਆਪਣੇ ਗੁਆਂਢੀਆਂ ਘਰ ਵੀ ਭੇਜਣੀ ਆ ਤੇ ਐ ਮੈਂ ਥੋੜੀ ਜਿਹਾ ਆਪਣੇ ਘਰ ਵਾਸਤੇ ਕੱਢ ਲਈ ਕਿਉਂਕਿ ਕਰੋੜੀ ਮੈਨੂੰ ਜ਼ਿਆਦਾ ਪਸੰਦ ਆ ਤੇ ਫਿਰ ਮੈਂ ਬੱਚਿਆਂ ਨੂੰ ਲੈ ਕੇ ਤੇ ਥੱਲੇ ਉਤਰੀ ਉੱਤਰ ਕੇ ਤੇ ਪੋੜੀਆਂ ਤੇ ਬੈ ਕੇ ਤੇ ਮੈਂ ਗਲੀ ਦੇ ਵਿੱਚ ਤੇ ਬੱਚਿਆਂ ਨੂੰ ਵੰਡ ਦੁੱਤੇ ਚੋਲ ਇੰਨੇ ਸੋਨੇ ਨਿੱਕੇ ਨਿੱਕੇ ਬੱਚੇ ਸਾਡੇ ਮਲੇ ਦੇ ਬਾਲੋ ਕੁੜੀਓ ਚੀਜ਼ ਵੰਡੀ ਦੀ ਲੈ ਜੋ ਆਂਟੀ ਚਾਵਲ ਵੰਡਣ ਦੇ ਇਹ ਐਸਾ ਕਰਕੇ ਬੱਚੇ ਗੱਲਾਂ ਕਰਨ ਚਲੋ ਮੈਂ ਕਿਹਾ ਆਪਣੇ ਪਿਆਰ ਨਿੱਕੇ ਨਿੱਕੇ ਬਾਲਾਂ ਨੂੰ ਖੁਸ਼ ਕਰ ਦਈਏ ਤੇ ਕਿਸੇ ਵਕਤ ਮੈਂ ਬਾਜ਼ਾਰੋਂ ਵੀ ਲੈ ਆਂਦੀ ਹੁੰਦੀ ਹੁੰਦੀ ਮਰੂੰਡਾ ਛੂੰਡਾ ਉਹ ਵੀ ਵੰਡ ਦਿੰਨੀ ਹੁੰਨੀ ਆ ਤੇ ਜਦੋਂ ਬੱਚੇ ਰਾਜ਼ੀ ਤੇ ਆਪ ਰਾਜ਼ੀ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤੇ ਪਲੀਜ਼ ਮੈਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਇਹ ਹੁਣ ਥੋੜੀ ਜਿਹੀ ਚਾਵਲ ਪ੍ਰਾਚੇ ਬਚੇ ਤੇ ਮੈਂ ਵੀ ਚੱਖ ਲਾਂ ਬਿਸਮਿਲ੍ਲਾ ਰਹਿਮਾਨ ਰਹੀਮ ਤੇ ਬਹੁਤ ਹੀ ਮਜ਼ੇਦਾਰ ਬਣਿਆ